ਅਸਲਾਮੁਅਲੈਕੁਮ ਵੀਵਰਸ ਕੀ ਹਾਲ ਚਾਲ ਹੈ ਜੀ ਉਮੀਦ ਕਰਾਂ ਸਾਰੇ ਦੋਸਤ ਵੀਰ ਭਰਾ ਖੈਰ ਖੈਰੀਅਤ ਨਾਲ ਹੋਣਗੇ ਤੇ ਅੱਲਾਹ ਤਾਲਾ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਹਿਫਾਜ਼ਤ ਮਾਨੇ ਚ ਰੱਖੇ ਦੋਸਤੋ ਅੱਜ ਆਇਆ ਜੀ ਮੈਂ ਆਪਣੇ ਰਕਬੇ ਤੇ ਵੇਖ ਰਹੇ ਹਾਂ ਜੀ ਜ਼ਮੀਨ ਦੀ ਤਿਆਰੀ ਕੀਤੀ ਹੋਈ ਹੈ ਜੀ ਸ਼ੁਰੂ ਤੇ ਮਾਸ਼ਾਅੱਲਾ ਜ਼ਮੀਨ ਜਿਹੜੀ ਹੈ ਉਹ ਤਿਆਰ ਹੋ ਚੁੱਕੀ ਹੈ ਹੁਣ ਕਣਕ ਦੀ ਬਿਜਾਈ ਦਾ ਮੌਸਮ ਆ ਗਿਆ ਹੈ ਜੀ ਤੇ ਅੱਲਾਹ ਖੈਰ ਕਰੇ ਇਨਸ਼ਾਅੱਲਾ ਕੁਝ ਦਿਨਾਂ ਦੇ ਵਿੱਚ ਜਿਹੜੀ ਹੈ ਨਾ ਉਹ ਕਣਕ ਦੀ ਬਜਾਈ ਜਿਹੜੀ ਸ਼ੁਰੂ ਹੋ ਜਾਏਗੀ ਤੁਸੀਂ ਵੇਖ ਰਹੇ ਹੋ ਅੱਜ ਕੱਲ ਮਾਸ਼ਾਅੱਲਾ ਜੀ ਮੌਸਮ ਕਾਫੀ ਚੇਂਜ ਹੋ ਗਿਆ ਹੈ ਸਰਦੀਆਂ ਦੀ آمد آمد ਹੈ ਤੇ ਬਹੁਤ ਜ਼ਿਆਦਾ ਜੀ ਜਿਹੜਾ ਹੈ ਮੌਸਮ ਬਹੁਤ ਖੂਬਸੂਰਤ ਹੋ ਗਿਆ ਹੈ ਅੱਜ ਕੱਲ ਤੇ ਅਸੀਂ ਹੁਣ ਇਸ ਟਾਈਮ ਜੀ ਆਪਣਾ ਫਿਰ ਰਹੇ ਆ ਰਕਵੇ ਤੇ ਤੇ ਵੇਖ ਰਹੇ ਆ ਜੀ ਮਾਸ਼ਾਅੱਲਾ ਜ਼ਮੀਨ ਦੀ ਤਿਆਰੀ ਨੂੰ ਮਾਸ਼ਾਅੱਲਾ ਬਹੁਤ ਜ਼ਬਰਦਸਤ ਅੱਜ ਕੱਲ ਮਾਹੌਲ ਹੈ ਜੀ ਤੇ ਅੱਜ ਕੱਲ ਅੱਜ ਕੱਲ੍ਹ ਜੀ ਵੇਖਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸਕੈਂਡਲ ਇੱਕ ਬਣਿਆ ਜੀ ਅਲੀਜ਼ਾ ਸਹਿਰ ਟਿਕਟੋਕਰ ਦਾ ਮੈਂ ਬਹੁਤ ਹੀ شدید ਅਲਫਾਜ਼ ਦੇ ਨਾਲ ਦੀ ਮਜ਼ਮਤ ਕਰਾਂਗਾ ਕਿ ਜਿਹੜੇ ਦੋਸਤ ਇਹਨੂੰ ਵੀਡੀਓ ਨੂੰ ਫੈਲਾ ਰਹੇ ਨੇ ਮੈਂ ਉਹਨਾਂ ਦੇ ਵੀ ਬਹੁਤ ਜ਼ਿਆਦਾ ਮਜ਼ਮਤ ਕਰਾਂਗਾ ਸਾਨੂੰ ਇਸ ਚੀਜ਼ ਦੀ ਮਜ਼ਮਤ ਕਰਨੀ ਚਾਹੀਦੀ ਹੈ ਨਾ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਚਾਹੀਦਾ ਹੈ ਕਿ ਤੁਸੀਂ ਇਹੀ ਅਲਫਾਜ਼ ਇਹੀ ਵੀਡੀਓ ਆਪਣੇ ਬਾਰੇ ਸੋਚੋ ਕਿਸੇ ਜ਼ਲੀਲ ਨੇ ਅਗਰ ਕੋਈ ਗਲਤ ਕੰਮ ਕੀਤਾ ਹੈ ਤੇ ਤੁਸੀਂ ਉਹਦੀ ਮਜ਼ਮਮਤ ਕਰੋ ਨਾ ਕਿ ਤੁਸੀਂ ਉਹਨੂੰ ਬढ़ावा ਦਿਓ ਖੁਦਾ ਨਾ ਖਾਸਾ ਇਹੀ ਵਾਕਿਆ ਅਗਰ ਤੁਹਾਡੇ ਕਿਸੇ ਕਰਦੇ ਫਰਜ਼ ਨਾਲ ਹੋ ਜਾਏ ਤੇ ਸੋਚੋ ਤੁਸੀਂ ਕੀ ਕਰੋਗੇ ਤੇ ਹੁਣ ਉਹ ਸੋਚੋ ਕਿ ਅਲੀਜ਼ਾ ਸਹਿਰ ਦੇ ਉੱਤੇ ਕੀ ਬੀਤਰੀ ਹੋਏਗੀ ਤੇ ਸੁਣਨੇ ਚ ਆਇਆ ਕਿ ਉਹਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਬਹਰਾਲ ਮੈਂ ਇਹੀ ਕਹਾਗਾ ਕਿ ਬਹੁਤ ਗਲਤ ਕੰਮ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਇਹਨੂੰ ਸਖਤ ਸਖ ਸਜ਼ਾ ਹੋਵੇ ਸਹਿਰ ਇੱਕ ਅੱਛੀ ਯੂਟਿਊਬਰ ਤੇ ਇੱਕ ਅੱਛੀ ਟਿਕਟੋਕਰ ਹੈ ਅਸੀਂ ਕੋਈ ਵੀ ਐਸਾ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਾਂਗੇ ਜਿਹਦੇ ਤੋਂ ਕਿਸੇ ਦੀ ਇੱਜ਼ਤ ਨਫਸ ਜਿਹੜੀ ਉਹ ਮਜਰੂਹ ਹੋਵੇ ਤੇ ਮੈਂ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹਾਂਗਾ ਕਿ ਅਗਰ ਮੇਰਾ ਪੇਗਾਮ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਕਿ ਜਿਨ੍ਹਾਂ ਨੇ ਇਹਨੂੰ ਬढ़ावा ਦਿੱਤਾ ਹੈ ਤੇ ਖੁਦਾ ਨਾ ਖਾਸਤਾ ਖੁਦਾ ਨਾ ਖਾਸਤਾ ਅਗਰ ਉਹ ਖੁਦਗੁਸ਼ੀ ਕਰ ਲੈਂਦੀ ਤੇ ਉਹਦਾ ਇਲਜ਼ਾਮ ਕਿਹਦੇ ਸੇ ਰਾਣਾ ਸੀ ਉਹ ਤੁਹਾਡੇ ਮੇਰੇ ਸੇ ਨਹੀਂ ਆਣਾ ਸੀਗਾ ਤੇ ਬਹਰਾਲ ਇਹੋ ਜਿਹੇ ਕੰਮ ਨੂੰ ਜਿਹੜਾ ਹੈ ਨਾ ਬੜਹਾਵਾ ਨਾ ਦਿੱਤਾ ਕਰੋ ਅੱਲਾਹ ਦਾ ਵਾਸਤਾ ਜੇ ਕੋ ਆਪਣੇ ਆਪ ਖਿਆਲ ਕੀਤਾ ਕਰੋ ਕਿ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਸਾਡੇ ਤੇ ਦੀਨ ਦੇ ਵਿੱਚ ਵੀ ਇਹ ਚੀਜ਼ ਸ਼ਾਮਲ ਨਹੀਂ ਅੱਲਾਹ ਪਾਕ ਨੇ ਖੁਦ ਕੁਰਾਨ ਪਾਕ ਦੇ ਵਿੱਚ ਕੀ ਆਏ ਕਿ ਮੈਂ ਲੋਕਾਂ ਦੇ ਐਬ ਜਿਹੜੇ ਨਾ ਉਹ ਲੁਕੋਂਦਾ ਆਂ ਤੇ انسان ਕੋਣ ਹੁੰਦਾ ਹੈ ਦੂਸਰੇ ਦੇ ਐਬ ਦੂਸਰੇ ਦੇ ਐਬ ਆਇਆ ਕਰਨ ਵਾਲਾ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਅੱਲਾਹ ਤਾਲਾ ਸਾਰਿਆਂ ਨੂੰ ਤੋਫੀਕ ਦੇਵੇ ਕਿ ਉਹ ਬੁਰਾਈ ਤੋਂ ਬਚਣ ਇਹ ਵੀ ਇੱਕ ਬੁਰਾਈ ਹੈ ਤੇ ਅੱਜ ਸਿਰਫ ਮੇਰੀ ਵੀਡੀਓ ਜਿਹੜੀ ਇੱਕ ਛੋਟੀ ਜੀ ਵੀਡੀਓ ਹੈ ਇਹਦੇ ਵਿੱਚ ਇਹੀ ਮੇਰਾ ਪੈਗਾਮ ਹੈ ਕਿ ਕੋਈ ਵੀ ਚਾਹੇ ਉਹ ਬੁਰਾ ਹੀ ਇਨਸਾਨ ਕਿਉਂ ਨਹੀਂ ਹੈ ਜਦੋਂ ਅੱਲਾਹ ਤਾਲਾ ਇੱਕ ਬੰਦੇ ਦੇ ਐਬ ਛੁਪਾਂਦਾ ਹੈ ਆਪਣੇ ਆਪਣੇ ਹਰ ਕੋਈ ਗਰੀਬਾਨ ਦੇ ਵਿੱਚ ਚਾ ਕੇ ਤੇ ਵੇਖੋ ਇੱਸੀ ਅੰਦਰੋ ਕੀ ਆ ਅਸੀਂ ਕੀ ਕੀਤਾ ਹੋਇਆ ਹੈ ਤੇ ਅਸੀਂ ਤੁਸੀਂ ਕੌਣ ਹੁੰਨੇ ਆ ਕਿਸੇ ਦੇ ਐਬ ਲੁਕਾਉਣ ਵਾਲੇ ਉਹਦੇ ਕੋਲੋ ਗਲਤੀ ਹੋਈ ਮੰਨ ਲਿਆ ਉਹਦੇ ਕੋਲੋ ਗਲਤੀ ਹੋਈ ਲੇਕਿਨ ਸਾਡਾ ਕੰਮ ਹੈ ਉਸ ਗਲਤੀ ਨੂੰ ਲੁਕਾਉਣਾ ਨਾ ਕਿ ਮਾਸ਼ਰੇ ਦੇ ਵਿੱਚ ਉਹਨੂੰ ਖੁੱਲ੍ਹ ਖੁਲਾ ਕੇ ਉਹਨੂੰ ਵਿਖਾਣਾ ਮੈਂ ਇਸ ਵੀਡੀਓ ਦੀ ਜਿਹੜਾ ਨੇ ਸ਼ੇਅਰ ਕੀਤੀ ਹੈ ਮੈਂ ਉਹਨਾਂ ਦੀ ਵੀ ਤੇ ਜਿਹੜਾ ਇਸ ਬੇਗਰਤ ਨੇ ਕੰਮ ਕੀਤਾ ਹੈ ਉਹਨੂੰ ਵੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਉਹਦੇ ਲਈ ਨਿਸ਼ਾਨੇ ਇਬਰਤ ਬਣਨਾ ਚਾਹੀਦਾ ਹੈ ਵੀਡੀਓ ਵੇਖਣ ਦਾ ਬਹੁਤ ਸ਼ੁਕਰੀਆ ਜੀ ਅੱਲਾ ਹਾਫਿਜ਼